सो थोड़ी बड़ी वड्डी एलीगेशन एक उहदे ते लाई है तुसीं डेलॉयट कैनेडा दे कि डेलॉयट कैनेडा मेयर पैट्रिक ब्राउन दे नाल लिंक्ड है। निक्की जी बड़ी वड्डी एलीगेशन है, डेलॉयट कैनेडा कोई बिकॉज इन्वेस्टिगेशन एजेंसी है, दे आर न्यूट्रल, वह कोई एक्शन भी लै सकती है। तुसीं बहुत वड्डी स्टेटमेंट कहती है। मैं ये कहनी हाँ भी जदों डेलॉयट ने सारी इन्वेस्टिगेशन कीतियां मैनु सुनने नु मिलिया वा आई हर्ड भी 90 लोग फॉरवर्ड आए बट 20 लोगों नु कल्ले इंटरव्यू किया गया। सो 90 लोगों चो 20 लोगों नु इंटरव्यू, सो 70 लोग आ जेड़े उन्हां नु कोई कॉल बैक नहीं मिली, उन्हां दे कोई ईमेल दे आंसर नहीं किए, उन्हां दे जो इशू सी ओह फ्रंट ते नहीं आए। फिर मैनु पता लग्या वा जिहड़ी मेरी थर्ड इंटरव्यू सी उन्हां दे नाल ओह कैंसल कीती गई। मैं आप दा लॉयर आप हायर करके आप दे पैसे आप ला के असी सारा कुछ रेडी करके बैठे सी बट साड़ी जिहड़ी थर्ड इंटरव्यू उन्होंने कंप्लीटली बंद करती। सो जिहड़ी इन्वेस्टिगेशन हैफली पुल किया गया उहदा प्लग उहदा किवें सारा कुछ बाहर आजूगा। जे तुसीं रिपोर्ट भी पढ़ो उत्थे एंड ते की लिखिया होया, वी डिड नॉट हैव इनफ टाइम टू गैट कंक्लूसिव एविडेंस। उन्होंने कुछ सल्यूशन नहीं लिया पर जिहड़ी ऑर्गेनाइजेशन ने मेरी थर्ड इंटरव्यू नहीं की ਕਿਵੇਂ ਉਹ ਨਤੀਜੇ ਤੇ ਪਹੁੰਚ ਸਕਦੇ ਆ ਜਿਹੜਾ ਕੋਰਟ। ਦੋ ਪੁਆਇੰਟ ਤੁਸੀਂ ਕਿਹਾ ਕਿ ਤੁਹਾਡੀ ਤੀਜੀ ਇੰਟਰਵਿਊ ਨਹੀਂ ਕੀਤੀ ਔਰ 90 ਲੋਕਾਂ ਚੋਂ ਸਿਰਫ 20 ਲੋਕਾਂ ਨੂੰ ਬੁਲਾਇਆ। ਮੈਨੂੰ ਪਤਾ ਲੱਗਿਆ, ਮੈਨੂੰ ਬਾਅਦ ਚੋਂ ਪਤਾ ਲੱਗਿਆ, ਮੈਨੂੰ ਲੋਕਾਂ ਨੇ ਆਪ ਦੱਸਿਆ ਵਾ ਤੂੰ ਹੁਣ ਮੈਨੂੰ ਪਤਾ ਨਹੀਂ ਇਹ ਗੱਲ ਕਿੰਨੀ ਕੁ ਹੈਗੀ ਆ ਬਟ ਜਿਹੜੀ ਮੇਰੀ ਥਰਡ ਇੰਟਰਵਿਊ ਨਹੀਂ ਹੋਈ ਉਹੀ ਮੈਂ ਸੋਚਦੀ ਹਾਂ ਵੀ ਵਾਈ ਵਾਜ਼ ਆਈ ਨਾਟ ਗਿਵਨ ਅ ਥਰਡ ਇੰਟਰਵਿਊ। ਸਕੈਜੂਲ ਵੀ ਸੀ, ਅਸੀਂ ਤਿਆਰ ਵੀ ਸੀ, ਅਸੀਂ ਦੋਨੇ ਰੈਡੀ ਵੀ ਸੀ, ਮੀ ਐਂਡ ਦ ਲੋਇਰ, ਬਟ ਇਟ ਨੈਵਰ ਅਕਰਡ। ਸੋ ਡਿਡ ਯੂ ਤੁਸੀਂ ਆਪਣੇ ਸਟੈਂਡ ਤੇ ਕਾਇਮ ਹੋ ਕਿ ਡੇਲੋਇਟ ਕੈਨੇਡਾ ਲਿੰਕ ਟੂ ਪੈਟ੍ਰਿਕ ਬ੍ਰਾਊਨ? ਮੈਂ ਤਾਂ ਕਹੂੰਗੀ ਵੀ ਸਾਨੂੰ ਦੱਸੋ ਸਾਡੀ ਇੰਟਰਵਿਊ ਕਿਉਂ ਨਹੀਂ ਕੀਤੀ, ਵਾਟ ਇਜ਼ ਦ ਰੀਜ਼ਨ ਫੋਰ ਇਟ? ਅਸੀਂ ਤਾਂ ਰੈਡੀ ਸੀਗੇ। ਦੇਖੋ ਮੇਰੀਆਂ ਜਿਹੜੀਆਂ ਵੀਡੀਓ ਆਈਆਂ ਨੇ ਅੱਜ ਤੋਂ ਤੁਸੀਂ ਇਹ ਕਹੋਗੇ ਵੀ 30 ਡੇਜ਼ ਫੋਰ ਸਪਟੰਬਰ 14 ਉਹਦੇ ਵਿੱਚ ਉਹ ਆਲਰੇਡੀ ਜਿਹੜੀ ਗੱਲ ਮੈਂ ਕੀਤੀ ਸੀ। ਪਰ ਹੁਣ ਜਦੋਂ $1 ਮਿਲੀਅਨ ਖਰਾਬ ਹੋਇਆ, ਜੇ ਉਹਨਾਂ ਦੇ ਡਲੋਟ ਦੇ ਨਾਲ ਪੈਟਕ ਡਾਊਨ ਦੇ ਰਿਲੇਸ਼ਨ ਸੀ ਤਾਂ ਉਹ ਪਹਿਲਾਂ ਗੱਲ ਕਿਉਂ ਨਹੀਂ ਕੀਤੀ ਗਈ, ਹੁਣ ਕਿਉਂ ਕੀਤੀ ਗਈ? ਹੁਣ ਤਾਂ ਲੋਕਾਂ ਦਾ ਪੈਸਾ ਤਾਂ ਖਰਾਬ ਹੋ ਗਿਆ ਨਾ ਜੇ ਤੁਸੀਂ ਐਲੀਗੇਸ਼ਨ ਨਾ ਲਾਉਂਦੇ। ਤੁਹਾਡਾ ਕਹਿਣਾ ਕਿ ਜਦੋਂ ਸਰਵ ਕਰ ਰਹੇ ਸੀ ਸਿਟੀ 'ਚ ਤਦ ਦੱਸ ਰਹੇ ਜਦੋਂ ਤੁਸੀਂ ਉੱਥੇ ਆਲਰੇਡੀ ਸਿਟੀ 'ਚੋਂ ਤੁਹਾਡੀ ਵਧੀਆ ਜੋਬ ਹੈ, $1,80,000 ਤੁਹਾਡੀ 178 ਸਮਥਿੰਗ ਤੁਹਾਡੀ ਸੈਲਰੀ ਹੈ ਔਰ ਬਹੁਤ ਵੱਡੀ ਜੋਬ ਹੈ ਨਾ, ਅਤੇ ਤੁਸੀਂ ਉਸ ਟਾਈਮ ਦੇ ਉੱਤੇ ਪਹਿਲਾਂ ਤਾਂ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਐਲੀਗੇਸ਼ਨ ਲਾਏ, ਉਹ ਬਾਅਦ ਦੀ ਗੱਲ ਹੈ। ਐਲੀਗੇਸ਼ਨ ਨੋਰਮਲ ਨੇ ਜਿਹੜੀਆਂ ਕਿ ਆਮ ਕਮਾਕਾਰਾਂ 'ਚ ਗੱਲ ਹੁੰਦੀਆਂ ਜੀ, ਮੈਨੂੰ ਮਿਸਬਿਹੇਵ ਕਰਦੇ ਨੇ, ਮੈਨੂੰ ਹਰਾਸ ਕਰਦੇ ਨੇ, ਉਹਨਾਂ ਲੋਕਾਂ ਦੇ ਉੱਤੇ ਐਲੀਗੇਸ਼ਨ ਲਾਉਣ ਦੇ ਨਾਲ ਤੁਹਾਡਾ ਮੇਰਾ ਪੈਸਾ $1 ਮਿਲੀਅਨ ਖਰਾਬ ਹੋਇਆ। ਪਹਿਲੀ ਤਾਂ ਗੱਲ ਉਹ ਬਣਦੀ ਹੈ ਵੀ ਐਡੀ ਕਿਹੜੀ ਗੱਲ ਸੀ, ਕਿਉਂ ਨਹੀਂ ਪੈਟਰਿਕ ਬਰਾਊਨ, ਨਿੱਕੀ ਕੌਰ ਜਾਂ ਉਹ ਸਟਾਫ ਮੈਂਬਰ ਸੀ ਇਕੱਠੇ ਬੈਠ ਕੇ ਗੱਲ ਕਰਦੇ ਵੀ ਡੋਂਟ ਡੂ ਦਿਸ, ਆਪਾਂ ਬ੍ਰਾਂਚਾਂ ਦੇ ਲੋਕ ਹਾਂ, ਆਪਾਂ ਇਕੱਠੇ ਹੋ ਕੇ ਕੰਮ ਕਰਨਾ, ਹੈ ਨਾ? ਅਤੇ ਹੁਣ ਐਲੀਗੇਸ਼ਨ ਲਾ ਦਿੱਤੇ, ਉਹ ਤੋਂ ਬਾਅਦ ਤੁਸੀਂ ਕਹੋ ਕਿ ਫਲਾਨੀ ਪ੍ਰਾਈਵੇਟ ਇਨਵੈਸਟੀਗੇਸ਼ਨ ਕੰਪਨੀ ਜਿਹੜੀ ਹੈ ਉਸਨੇ ਉਹਦੇ ਨਾਲ ਰਲੀ ਹੋਈ, ਉਹਦੇ ਨਾਲ ਰਲੀ, ਮਤਲਬ ਬਾਅਦ ਇੱਦਾਂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ। ਯੂ ਸ਼ੁੱਡ ਥਿੰਕ ਅਬਾਊਟ ਫਸਟ ਕਿ ਮੈਂ ਤੁਹਾਡੇ 'ਤੇ ਐਲੀਗੇਸ਼ਨ ਲਾ ਰਿਹਾ, ਇਹਦਾ ਮੈਨੂੰ ਕੀ ਨੁਕਸਾਨ ਹੋਏਗਾ, ਟੈਕਸ ਪੇਅਰ ਦਾ ਕੀ ਨੁਕਸਾਨ ਹੋਏਗਾ, ਲੋਕਾਂ ਦਾ ਪੈਸਾ ਤਾਂ ਖਰਾਬ ਹੋ ਗਿਆ ਨਾ, ਜੇ $5 ਲੱਖ ਦਿੱਤਾ ਗਿਆ, $1 ਮਿਲੀਅਨ ਤੁਹਾਡਾ ਖਰਾਬ ਹੋਇਆ। ਸੋਚਣ ਵਾਲੀ ਗੱਲ ਇਹ ਆ ਕਿ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਪੈਸਾ ਕਿਹਦਾ ਖਰਾਬ ਹੋਇਆ, ਤੁਹਾਡਾ ਅਤੇ ਮੇਰਾ, ਉਦੋਂ ਨਹੀਂ ਪਤਾ ਸੀ।